जे हुण कोरोना वाली बीबी जां कोई सिंह नां वाला बंदा ही करदा ते मैं समझदा एदो वड्डी शर्म वाली गल कड़ी हो सकदी आ इहनां वास्ते क्योंकि एक पिकनिक की जगह नहीं गई तो उत्थे पिकनिक अपने वेखण आए ही तो उत्थे शराब ही लाया तो सरोवर के कंडे ते बह के कोई जनानी जां कोई बंदा शराब पीवे जदों ओह कंजरी दा इलाज करवाउंदा है दरबार साहिब दे विच ते फिर हार के सुखा सिंह ते मताब सिंह ही उठे सीगे तो उन्हें मसे रंगड़ का सिर वढ़ता वढ़ के उन्होंने उत्थे लै के राजस्थान च जाके खिदो खूंडी खेडिया हर एक दे धर्म जिहड़ा सी ਉਹ ਸੁਰੱਖਿਅਤ ਸੀ ਜਿੱਥੇ ਉੱਥੇ ਗੁਰਦੁਆਰੇ ਬਣਾਏ ਉੱਥੇ ਮੰਦਰ ਵੀ ਬਣੇ ਉਸੇ ਮਸਜਿਦਾਂ ਬਣੀਆਂ ਸਭ ਕੁਛ ਬਣਿਆ ਸੋ ਉਹ ਟਾਈਮ ਦਾ ਰਾਜ ਜਿਹੜਾ ਸੀ ਉਹ ਸਾਰਿਆਂ ਉਹੀ ਸਿੱਖਾਂ ਦਾ ਰਾਜ ਸਰਬਸਾਂਝੀਵਾਲ ਦਾ ਰਾਜ ਅਤੇ ਜੇ ਨਹੀਂ ਕਰ ਸਕਦੇ ਜਾਨਮਾਲ ਦੀ ਰਾਖੀ ਵੀ ਨਹੀਂ ਕਰ ਸਕਦੇ ਇੱਥੇ ਗੰਗੈਸਟਰ ਜੇਲ੍ਹਾਂ 'ਚੋਂ ਬੋਲਣ ਡਿਆ ਆ ਉਹਨਾਂ ਨੂੰ ਵੀ ਨੱਥ ਨਹੀਂ ਪਾ ਸਕਦੇ ਲੁੱਟਾਂ ਖੋਹਾਂ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਰੋਜ਼ ਗੋਲੀਆਂ ਚੱਲ ਰਹੀਆਂ ਨੇ ਅਤੇ ਫਿਰ ਸਰਕਾਰ ਨੂੰ ਸਰਕਾਰ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਹੁੰਦਾ ਭਾਵੇਂ ਕਿਸੇ ਦੀ ਵੀ ਹੋਵੇ ਸੋ ਇਸ ਕਰਕੇ ਜ਼ਿਆਦਾ ਇਹ ਗਰੰਟੀ ਕਰੇ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਭਗਵੰਤ ਮਾਨ ਦੀ ਸਰਕਾਰ ਗਰੰਟੀ ਕਰੇ ਵੀ ਅਸੀਂ ਪੰਜਾਬ ਦੇ ਵਿੱਚ ਕੋਈ ਇੱਥੇ ਚਿੜੀ ਨਹੀਂ ਫੜਕਣ ਦਿਆਂਗੇ ਇੱਥੇ ਲੋਕਾਂ ਨੂੰ ਸੁਰੱਖਿਅਤ ਨੇ ਔਰ ਇੱਥੇ ਲੋਕ ਆਉਣ ਆਣ ਕੇ ਮੱਥਾ ਟੇਕਣ ਅਤੇ ਇੱਥੇ ਸਾਰਿਆਂ ਨੂੰ ਕੋਈ ਕਿਸੇ ਤਰ੍ਹਾਂ ਦੀ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਵੀ ਇੱਥੇ ਧਮਾਕੇ ਹੋਣਗੇ ਦੂਜੀ ਗੱਲ ਹੋ ਗਈ ਇਹ ਸਾਰਾ ਇਹ ਗਰੰਟੀ ਕਰਨੀ ਪਊਗੀ ਸਰਕਾਰ ਨੂੰ ਔਰ ਸਰਕਾਰ ਦਾ ਫਰਜ਼ ਬਣਦਾ ਸੋ ਸਰਕਾਰ ਦੀ ਮੈਂ ਸਮਝਦਾ ਹੁਣ ਤੱਕ ਦੀ ਤਾਂ ਫੇਲੀਅਰ ਆ ਜਿਹੜੇ ਬੰਦੇ ਹੀ ਆ ਧਮਾਕੇ ਵਾਲੇ ਇੱਥੋਂ ਵਾਲੇ ਉਹ ਤਾਂ ਸ਼੍ਰੋਮਣੀ ਕਮੇਟੀ ਨੇ ਫੜ ਕੇ ਫੜਾਏ ਆ ਪਰ ਉਹਨਾਂ ਦੇ ਪਿੱਛੇ ਹੁਣ ਕੀ ਮਨਸ਼ਾ ਸੀ ਉਹ ਅਜੇ ਦੱਸੀ ਨਹੀਂ ਗਈ ਉਹ ਵੀ ਦੱਸਣੀ ਚਾਹੀਦੀ ਸਿੱਖਾਂ ਨੂੰ ਸ਼ਕਤੀ ਗੁਰੂ ਗ੍ਰੰਥ ਸਾਹਿਬ ਤੋਂ ਮਿਲਦੀ ਆ ਉਹਨਾਂ ਦੀ ਇਹਦੀ ਬੇਅਦਬੀ ਕਰੋ ਇਹਨਾਂ ਦੇ ਗੁਰਧਾਮਾਂ ਦੀ ਬੇਅਦਬੀ ਕਰੋ ਔਰ ਉਹ ਵਾਰ ਵਾਰ ਸਿੱਖਾਂ ਦੇ ਜਜ਼ਬਾਤਾਂ ਨੂੰ ਜਿਹੜਾ ਨਾ ਝੰਜੋੜਿਆ ਜਾ ਰਿਹਾ ਔਰ ਸਿੱਖ ਫਿਰ ਜਦੋਂ ਉਹਨਾਂ ਦੇ ਗੁਰੂ ਦੀ ਬੇਅਦਬੀ ਉਹ ਕੀ ਕਰਨਗੇ ਫਿਰ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ ਜਦੋਂ ਸਾਰੇ ਹੀਲੇ ਲੰਘ ਜਾਂਦੇ ਆ ਨਾ ਉਦੋਂ ਚੂੰਕਾਰ ਜਾਂ ਮਹੀਲ ਤੇ ਦਰਗਜਸ਼ਤ ਹਲਾਲ ਅਸਤ ਬੁਰਤਨ ਬਾ ਸ਼ਮਸ਼ੀਰ ਦਸਤ ਫਿਰ ਸਿੱਖ ਜਿਹੜੇ ਆਪਣਾ ਨਿਆਂ ਲੈਣ ਵਾਸਤੇ ਆਪ ਫਿਰ ਮੈਦਾਨੇ ਜੰਗ ਚ ਕੀਰ ਤੇ ਫਿਰ ਨਿਕਲਦੇ ਆ ਇਤਿਹਾਸ ਜੋ ਗਵਾਹ ਹੈਗਾ ਧਰਮ ਦੇ ਨਾਲ ਵੇਖੋ ਜਿਹੜਾ ਧਰਮ ਦੇ ਨਾਲ ਖਿੰਦਾ ਨਾ ਭਾਵੇਂ ਕੋਈ ਵੀ ਧਰਮ ਆ ਉਹ ਬੰਦਾ ਚੰਗਾ ਨੀਗਾ ਜਿਹੜਾ ਕਿਸੇ ਵੀ ਧਰਮ ਦੇ ਖਿਲਾਫ ਜਾਂ ਧਰਮ ਨਾ ਖੇ ਇਹ ਤਾਂ ਆਸਥਾ ਦੇ ਕੇਂਦਰ ਤਾਂ ਨਿਊਨ ਵਾਸਤੇ ਨੇ ਇਹ ਤਾਂ ਗੁਰੂ ਕਿਰਪਾ ਕਰਨ ਉਹਨਾਂ ਲੋਕਾਂ ਨੂੰ ਸਮਰਥ ਬਖਸ਼ਣ ਜਿਹੜੇ ਲੋਕ ਆਣ ਕੇ ਇਹੋ ਜਿਹੇ ਆਪਣੇ ਧਾਰਮਿਕ ਸਥਾਨਾਂ 'ਤੇ ਆਣ ਕੇ ਵਗਿਆ ਕਰ ਉਹਨਾਂ ਥਾਂ ਕਿੱਥੇ ਮਿਲੂ ਉਹਨਾਂ ਤਾਂ ਨਰਕ 'ਚ ਢੋਈ ਨਹੀਂ ਮਿਲਣੀ ਉਹ ਤਰ੍ਹਾਂ ਨਰਕ ਆ ਉਹਨਾਂ ਨੂੰ ਨਰਕ 'ਚ ਵੀ ਨਹੀਂ ਮਿਲਣੀ ਵੇਖ ਲਿਆ ਕੋਈ ਸਪੈਸ਼ਲ ਨਰਕ ਉਹਨਾਂ ਲਈ ਬਣੂਗਾ ਕੁੰਬੀ ਨਰਕ ਬੀਤੀ ਦੇਰ ਰਾਤ ਪਟਿਆਲੇ ਵਿਖੇ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਬੀਬੀ ਵੱਲੋਂ ਬੇਅਦਬੀ ਦੀ ਘਟਨਾ ਸਾਹਮਣੇ ਆਉਂਦੀ ਹੈ ਬੇਅਦਬੀ ਐਵੇਂ ਆ ਕਿ ਗੁਰਦੁਆਰਾ ਸਾਹਿਬ ਦੇ ਸਰੋਵਰ ਸਾਹਿਬ ਲੱਗੇ ਜੋ ਬੀਬੀ ਵੱਲੋਂ ਸ਼ਰਾਬ ਦਾ ਜੋ ਸੇਵਨ ਉੱਥੇ ਕੀਤਾ ਜਾਂਦਾ ਤੇ ਮੌਕੇ ਦੇ ਉੱਤੇ ਜੋ ਸੇਵਾਦਾਰ ਆ ਉਹਨਾਂ ਵੱਲੋਂ ਉਸ ਬੀਬੀ ਦਾ ਸੌਦਾ ਲਗਾ ਦਿੱਤਾ ਜਾਂਦਾ ਇਸ ਸਾਰੇ ਵਿਸ਼ੇ ਦੇ ਉੱਤੇ ਸਾਡੇ ਨਾਲ ਗੱਲ ਕਰਨ ਲਈ ਮੌਜੂਦ ਨੇ ਭਾਈ ਮਨਜੀਤ ਸਿੰਘ ਜੀ ਜੀ ਭਾਈ ਸਾਹਿਬ ਜੀ ਸਵਾਗਤ ਹੈ ਜਗਬਾਣੀ ਟੀਵੀ ਥੈਂਕ ਯੂ ਜੀ ਜੀ ਭਾਈ ਸਾਹਿਬ ਜੀ ਜਿਹੜੇ ਕੱਲ੍ਹ ਘਟਨਾ ਦੇਰ ਰਾਤ ਹੁੰਦੀ ਆ ਕਿਵੇਂ ਵੇਖਦੇ ਇਸ ਘਟਨਾ ਨੂੰ ਦੇਖੋ ਬਹੁਤ ਮਾੜੀ ਆ ਜਿੰਨੀ ਨਿੰਦਿਆ ਕੀਤੀ ਜਾ ਉਨੀ ਥੋੜੀ ਆ ਅੱਗੇ ਤਾਂ ਅਸੀਂ ਕਹਿੰਦੇ ਹਾਂ ਕਿ ਉਹ ਉਧਰੋਂ ਯੂਪੀ ਚੋਂ ਬਈਏ ਆਣ ਕੇ ਕਰਕੇ ਆਪਣੇ ਜਿਹੜੀ ਆ ਮਰਿਆਦਾ ਭੰਗ ਕਰਕੇ ਦੂਜੇ ਕਰਕੇ ਤੇ ਜੇ ਹੁਣ ਕੋਰੋਨਾ ਵਾਲੀ ਬੀਬੀ ਜਾਂ ਕੋਈ ਸਿੰਘ ਨਾਂ ਵਾਲਾ ਬੰਦਾ ਹੀ ਕਰਦਾ ਤੇ ਮੈਂ ਸਮਝਦਾ ਇਹਦੋ ਵੱਡੀ ਸ਼ਰਮ ਵਾਲੀ ਗੱਲ ਕਿਹੜੀ ਹੋ ਸਕਦੀ ਆ ਇਹਨਾਂ ਵਾਸਤੇ ਸੋ ਉਹ ਜਿਹੜੀ ਘਟਨਾ ਹੋਈ ਆ ਉਹਦੀ ਮੈਂ ਬਹੁਤ ਵੱਡੀ ਨਿੰਦਿਆ ਕਰਦਾ ਨਾਲ ਇਹ ਕਹਿਣੀ ਚਾਹੁੰਦਾ ਹੈ ਕਿ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਨੇ ਇਹਨਾਂ ਦੇ ਪਿੱਛੇ ਜਿਹੜੀ ਸਾਜਿਸ਼ ਆ ਉਹਨੂੰ ਸਰਕਾਰ ਨਿੰਗਿਆ ਕਰੇ ਕਿਉਂਕਿ ਇੱਕ ਪਿਕਨਿਕ ਦੀ ਜਗ੍ਹਾ ਨਹੀਂ ਗਈ ਤੇ ਉੱਥੇ ਪਿਕਨਿਕ ਆਪਣੇ ਵੇਖਣ ਆਏ ਸੀ ਤੇ ਉੱਥੇ ਸ਼ਰਾਬ ਵੀ ਲਾਇਆ ਤੇ ਸਰੋਵਰ ਦੇ ਕੰਢੇ ਤੇ ਬਹਿ ਕੇ ਕੋਈ ਜਨਾਨੀ ਜਾਂ ਕੋਈ ਬੰਦਾ ਸ਼ਰਾਬ ਪੀਵੇ ਤੇ ਇਹ ਐਤੋਂ ਮਾੜੀ ਹੋਰ ਘਟਨਾ ਕੀ ਹੋ ਸਕਦੀ ਆ ਫਿਰ ਉਹ ਪੀ ਕੇ ਅੰਦਰ ਨੂੰ ਗੇਟ ਨੂੰ ਗਈ ਆ ਉਧਰੋਂ ਵੀ ਰੋਕਿਆ ਸੇਵਾਦਾਰ ਨੇ ਨਹੀਂ ਰੋਕੇ ਫਿਰ ਜਿਹੜਾ ਲਾਗੇ ਕੋਈ ਸ਼ਰਧਾਲੂ ਸੀ ਉਹਨੇ ਜੋ ਘਟਨਾ ਨੂੰ ਅੰਜਾਮ ਦਿੱਤਾ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਚਲੋ ਗੱਲ ਸਾਰੇ ਹੀ ਲਿਆ ਤੋਂ ਲੰਘ ਜਾਂਦੀ ਨਾ ਕਿਤੇ ਵੀ ਇੱਥੇ ਮੱਸਾ ਰੰਗੜ ਸੀ ਜਦੋਂ ਉਹ ਕੰਜਰੀ ਦਾ ਇਲਾਜ ਕਰਾਉਂਦਾ ਸੀ ਦਰਬਾਰ ਸਾਹਿਬ ਦੇ ਵਿੱਚ ਅਤੇ ਫਿਰ ਹਾਰ ਕੇ ਸੁੱਖਾ ਸਿੰਘ ਅਤੇ ਮਹਤਾਬ ਸਿੰਘ ਉੱਠੇ ਸੀਗੇ ਅਤੇ ਉਹਨਾਂ ਮੱਸੇ ਰੰਗੜ ਦਾ ਸਿਰ ਵੱਢਤਾ ਵੱਢ ਕੇ ਉਹਨਾਂ ਨੇ ਉੱਥੇ ਲੈ ਕੇ ਰਾਜਸਥਾਨ 'ਚ ਜਾ ਕੇ ਖਿਦੋ ਖੂੰਡੀ ਖੇਡਿਆ ਅਤੇ ਫਿਰ ਆਉਣ ਵਾਲਾ ਜਿਹੜਾ ਕੋਈ ਵੀ ਇਹੋ ਜਿਹਾ ਹਮਲਾਵਰ ਸੀ ਫਿਰ ਉਹਨੂੰ ਕੰਨ ਹੋ ਗਏ ਸੀ ਫਿਰ ਸਿੱਖਾਂ ਨੇ ਖਾਏ ਗਾਏ ਬਗਾਏ ਜਿਹੜਾ ਬੇਅਦਬੀ ਕਰੂਗਾ ਉਹਨੂੰ ਛੱਡਣਾ ਨਹੀਂਗਾ ਸੋ ਜੇ ਤਾਂ ਸਰਕਾਰ ਫੇਲ ਹੋ ਗਈ ਜਾਂ ਤਾਂ ਸਰਕਾਰ ਹੁਣ ਬਾਹੀਂ ਖੜੀਆਂ ਕਰਦੇ ਸਰਕਾਰ ਦੇ ਦੋ ਕੰਮ ਹੁੰਦੇ ਆ ਇੱਕ ਤਾਂ ਜਿਹੜੀ ਆ ਪ੍ਰਦੇਸ਼ ਦੀ ਆਰਥਿਕਤਾ ਉਹ ਵੀ ਹਾਲੇ ਖਤਰੇ 'ਚ ਡੁੱਬੀ ਪਈ ਆ ਦੂਜਾ ਹੁੰਦਾ ਹੈ ਕਾਨੂੰਨ ਦਾ ਰਾਜ ਔਰ ਪੰਜਾਬ ਦੇ ਵਿੱਚ ਇਹੋ ਜਿਹੇ ਜਿਹੜੇ ਹਾਲਾਤ ਬਣ ਰਹੇ ਨੇ ਜਾਨ ਮਾਲ ਦੀ ਰਾਖੀ
और आर्थिक तौर ते पंजाब नू जिहड़ा उहदा तबाह हो गया। तीजी गल हुंदी है सब तो वड्डी जिहड़ी धार्मिक स्थानां दी हिफाजत करनी भावे उह सिखां दे आ चाहे हिंदुआं दा चाहे मुसलमानां दे ईसाईआं दे महाराज रणजीत सिंह दे राज च हर एक दे धर्म जिहड़ा सी उह सुरक्षित सी। जिथे उथे गुरद्वारे बणाए उथे मंदर वी बणे उस मस्जिदां वी बणियां सब कुछ बणिया। सो उह टाइम दा राज जिहड़ा सी उह सारा उही सिखां दा राज सरबसांझीवाल दा राज। ते जे नहीं कर सकदे जान माल की राखी भी नहीं कर सकते इतने गंगैसटर जेलों चो बोलन डे उन्होंने भी नत्थ नहीं पा सकते लुटा खुआ हो रही ने पंजाब दे विच रोज गोलियां चल रही ने तो फिर सरकार नूं सरकार विच रहन दा कोई हक नहीं हुंदा भावें किसी की भी हो। सो इस करके ज्यादा ये गरंटी करे पंजाब नूं पंजाब दे लोकां नूं भगवंत मान की सरकार गरंटी करे भी असीं पंजाब दे विच कोई इत्थे चिड़ी नहीं फटकन देंगे इत्थे लोकां नूं सुरक्षित ने और इत्थे लोक आउण आण के मत्था टेकन इत्थे सारियां नूं कोई किसी तरह की कोई एहो जी कोई गल नहीं भी इत्थे धमाके होणगे दूजी गल होगी सारा ये गरंटी करनी पवेगी सरकार नूं और सरकार का फर्ज बनता है। सो सरकार की मैं समझदा हुण तक दी तां फेलियर आ जिहड़े बंदे ही आ धमाके वाले इत्थों वाले वह तो श्रोमणी कमेटी ने फट के फड़ाए आ पर उन्होंने पिछे हुण की मनशा ही अजे दसी नहीं की गई वह भी दसनी चाहिए है। भाई साहब जी किवें वेखदे हो कि कुछ समा पहला भी कुछ ज्यादा समा नहीं आया कतवाली साहब गुरुद्वारा साहब दे विच भी बेअदबी हुंदी आ सिख नौजवान वालों हुंदी आ ते उस तो बाद देर रात ये चीज सामने निकल के आ जाती है किवें वेखदे हो कि माहौल कोई खराब करने की कोशिश कर रहा कि जां फिर सोची समझी साजिश है जां मेंटली अपसेट आपां कह सकते तुहाडे सामने ये खराब करने की गल ही आ खराब करने की गल ही आ जो उत्थे भी होई घटना ते जो उहदा असर होया उह भी सारयां दे सामने आ जो ये बीबी ने कीती इहदा असर होया उह भी सारयां दे सामने आ। सो ये हो सकता भी कई बार पिछों एहोजा पढ़ा के एहोजा करके क्योंकि ना सिखां दी आस्था है सचखंड हरिमंदर साहब ते श्री गुरु ग्रंथ साहब ते श्री अकाल तख्त साहब ते सो हो सकता कि अबदाली दे टाइम ते भी गल चलदी ही भी सिख जिहड़े आ इह एडे बहादुर क्यों आ इहनां नूं शक्ति कित्थों मिलदी आ उह आंदे इहनां नूं सचखंड हरिमंदर साहब तों ते सरोवर तों मिलदी आ अबदाली ने सरोवर भी ढाता ते पूरता ते सचखंड हरिमंदर साहब भी ढाया सिखा ने फिर उन्होंने कई बार हमले हुए कई बार बनाया कई रटाया। सो ये भी उन्हें यही चाल चलन रही है कि सिखा ने शक्ति गुरु ग्रंथ साहब तो मिलती है वो आने यदि बेदबी करो इन्हों के गुरधामा की बेदबी करो और वार वार सिखा के जज्बातों जरा झंझोड़िया जा रहा और बल्दी के बुथे पंजाब नूं दिता जा रहा और सिखा नूं दिता जा रहा तो सिख फिर जो उन्होंने गुरु की बेदबी की करे फिर गुरु गोबिंद सिंह ने कहा जो सारे हीले लंघ जाते हैं ना उदो चूंकार जा महील ते दरग जश्त हलाल अस्त बुरतन बाद शमशीर दस्त फिर सिख जेडे अपना न्या लैन वास्ते आ फिर मैदाने जंग च कीरते फिर निकलते इतिहास जो गवाह है गल तो मैं ना यहोजी नौबत सरकार नूं नहीं आउण देनी चाहीदी उन्हां दा फर्ज बनता उन्हां दी ड्यूटी बनती है और अज तिकर किसे नूं सजा नहीं हुई किन्ने बंदे फड़े आ कोई उन्हां दस्या नहीं गा रीजन नहीं दस्या गा दसना चाहीदा ਸਰਕਾਰਾਂ ਕਿਉਂਕਿ ਕੱਲੀਆਂ ਇਹ ਸਰਕਾਰਾਂ ਨਹੀਂ ਆ ਪਹਿਲਾਂ ਵੀ ਸਰਕਾਰਾਂ ਰਹੀਆਂ ਉਸ ਵੇਲੇ ਵੀ ਬੇਅਦਬੀਆਂ ਹੁੰਦੀਆਂ ਰਹੀਆਂ ਨੇ ਤੇ ਉਦੋਂ ਤੱਕ ਹੁਣ ਤੱਕ ਜੇ ਗੱਲ ਕਰ ਲਈਏ ਤਾਂ ਜਾਂ ਤਾਂ ਉਸ ਬੰਦੇ ਨੂੰ ਮੈਂਟਲੀ ਅਪਸੈਟ ਦੱਸਿਆ ਜਾਂਦਾ ਅਗਰ ਕੋਈ ਫੜਿਆ ਜਾਂਦਾ ਜਾਂ ਫਿਰ ਦੱਸਿਆ ਜਾਂਦਾ ਉਹ ਐਡਰੈਸ ਨਹੀਂ ਠੀਕ ਹੁੰਦਾ ਇਹ ਚੀਜ਼ਾਂ ਹੀ ਕਿਉਂ ਮਤਲਬ ਇੱਕੋ ਧਰਮ ਨੂੰ ਹੀ ਕਿਉਂ ਟਾਰਗੇਟ ਕਰ ਰਹੇ ਨੇ ਜੇ ਉਹ ਬੰਦਾ ਇਹੋ ਜਿਹਾ ਤੂੰ ਆਪਦੇ ਮਾਂ ਦੇ ਗੱਲ ਕਿਉਂ ਨਹੀਂ ਜਾ ਕੇ ਪੈ ਜਾਂਦਾ ਭੈਣ ਦੇ ਗੱਲ ਕਿਉਂ ਨਹੀਂ ਪੈਂਦਾ ਜਾ ਕੇ ਉਹਨੂੰ ਗੁਰਦੁਆਰੇ ਤੇ ਗੁਰੂ ਗ੍ਰੰਥ ਸਾਹਿਬ ਵੀ ਦੱਸਦਾ ਇਹ ਸਾਰੀਆਂ ਗੱਲਾਂ ਨੇ ਇਹਦੇ ਪਿੱਛੇ ਬੜੀ ਵੱਡੀ ਸਾਜਿਸ਼ ਆ ਉਹ ਸਾਜਿਸ਼ ਨੂੰ ਬੇਨਕਾਬ ਕਰਨਾ ਪਊਗਾ ਔਰ ਕਰਨਾ ਚਾਹੀਦਾ ਸਮੇਂ ਦੀ ਸਰਕਾਰ ਨੂੰ ਭਾਵੇਂ ਕੋਈ ਵੀ ਪਹਿਲੀ ਸਰਕਾਰ ਆ ਜਾਂ ਹੁਣ ਵਾਲੀ ਸਰਕਾਰ ਬਿਲਕੁਲ ਹਰ ਇੱਕ ਸਰਕਾਰ ਦੀ ਬਰਾਬਰ ਡਿਊਟੀ ਬਣਦੀ ਹੁੰਦੀ ਹੈ ਲੱਗਦਾ ਨਹੀਂ ਸਾਰਾ ਕੁਝ ਸਿਆਸਤ ਪਿੱਛੇ ਹੁੰਦਾ ਹਾਂਜੀ ਸਿਆਸਤ ਨੂੰ ਲੈ ਕੇ ਇਹ ਚੀਜ਼ਾਂ ਹੋ ਰਹੀਆਂ ਧਰਮ ਵਾਸਤੇ ਧਰਮ ਨੂੰ ਨੀਵਾਂ ਦਿਖਾ ਕੇ ਕਦੀ ਕਿਸੇ ਦੀ ਸਿਆਸਤ ਹੁਣ ਤੀਕਰ ਕੋਈ ਚਮਕੀ ਤਾਂ ਨਹੀਂ ਹੈ ਇੰਦਰਾ ਗਾਂਧੀ ਨੇ ਆਪਦੀ ਸਿਆਸਤ ਨੂੰ ਚਮਕਾਉਣ ਵਾਸਤੇ ਕਾਲ ਤਖ਼ਤ ਹਮਲਾ ਕੀਤਾ ਸੀ ਨਾ ਕੀ ਅਸ਼ਰ ਹੋਇਆ ਲੱਭਾ ਕੁਛ ਵਿੱਚੋਂ ਠੀਕ ਹੈ ਨੁਕਸਾਨ ਪੰਜਾਬ ਦਾ ਵੀ ਸਾਡਾ ਵੀ ਔਰ ਸਿੱਖਾਂ ਦਾ ਕਾਲ ਤਖ਼ਤ ਸਾਹਿਬ ਵੀ ਢਾਇਆ ਅਤੇ ਉਹਨਾਂ ਦਾ ਵੀ ਅਸਰ ਜਿਹੜਾ ਹੋਇਆ ਸਾਰਿਆਂ ਦੇ ਸਾਹਮਣੇ ਹੀ ਹੈ ਨਾ ਇਹੋ ਜਿਹੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਧਰਮ ਦੇ ਨਾਲ ਵੇਖੋ ਜਿਹੜਾ ਧਰਮ ਦੇ ਨਾਲ ਖਿੰਦਾ ਨਾ ਭਾਵੇਂ ਕੋਈ ਵੀ ਧਰਮ ਆ ਉਹ ਬੰਦਾ ਚੰਗਾ ਨਹੀਂ ਗਾ ਜਿਹੜਾ ਕਿਸੇ ਵੀ ਧਰਮ ਦੇ ਖਿਲਾਫ਼ ਜਾਂ ਧਰਮ ਨਾ ਖੇ ਇਹ ਤਾਂ ਆਸਥਾ ਦੇ ਕੇਂਦਰ ਤਾਂ ਨਿਊਨ ਵਾਸਤੇ ਨੇ ਨਿਮਰਤਾ ਵਾਸਤੇ ਆ ਔਰ ਇੱਥੋਂ ਤਾਂ ਕੁਛ ਪ੍ਰਾਪਤ ਕਰਕੇ ਜਾਣਾ ਝੋਲੀ ਭਰ ਕੇ ਜਾਣਾ ਅਤੇ ਜੇ ਅਸੀਂ ਉਸ ਧਰਮ ਦੇ ਉੱਤੇ ਟੈਂਕ ਚੜਾ ਦਿਆਂਗੇ ਜਾਂ ਇਹੋ ਜਿਹੀ ਹੋਰ ਬੇਅਦਬੀਆਂ ਕਰਾਂਗੇ ਤਾਂ ਗੱਲ ਮਾੜੀ ਆ। ਭਾਈ ਸਾਹਿਬ ਜੀ ਤੁਸੀਂ ਗੱਲ ਕੀਤੀ ਕਿ ਜਿਹੜੇ ਬੀਤੇ ਕਹਿ ਸਕਦੇ ਕਿ ਇੱਕ ਹਫ਼ਤੇ ਦੇ ਵਿੱਚ ਤਿੰਨ ਦਿਨਾਂ 'ਚ ਉਹ ਬਲਾਸਟ ਹੁੰਦੇ ਨੇ
ਤੇ ਉਹ ਬਲਾਸਟ ਦੇ ਜਿਹੜੇ ਦੋਸ਼ੀ ਨੇ ਉਹ SGPC ਵੱਲੋਂ ਫੜਾਏ ਜਾਂਦੇ ਨੇ, ਸਰਾਂ ਦੇ ਵਿੱਚ ਰੁਕਦੇ ਨੇ, ਉਹਨਾਂ ਨੂੰ ਉਹਨਾਂ ਵੱਲੋਂ ਫੜਾਏ ਜਾਂਦੇ, ਪੁਲਿਸ ਹਵਾਲੇ ਕੀਤੇ ਜਾਂਦੇ, ਇਹ ਚੀਜ਼ ਨੂੰ ਕਿਵੇਂ ਵੇਖਦੇ? ਗੁਰੂ ਘਰ ਨੂੰ ਢਾਹ ਲਾਉਣ ਦੀ ਕੋਸ਼ਿਸ਼ ਸੀਗੀ? ਇਹ ਪਤਾ ਨਹੀਂ, ਇਹ ਤਾਂ ਸਗੋਂ ਸਰਕਾਰ ਦੱਸੇਗੇ, ਇਹ ਤਾਂ ਫੜ ਕੇ ਫੜਾ ਤੋਂ ਦੱਸੇ ਵੀ ਉਹਨਾਂ ਦੀ ਮਨਸ਼ਾ ਕੀ, ਉਹਨਾਂ ਦੇ ਮਗਰ ਕੌਣ ਸੀ, ਇਹ ਸਰਕਾਰ ਨੂੰ ਸਪਸ਼ਟ ਕਰਨਾ ਚਾਹੀਦਾ। ਹਰਿਮੰਦਰ ਸਾਹਿਬ ਦੇ ਜਿਹੜੇ ਚਗਿਰਦੇ ਦੇ ਵਿੱਚ ਸਿਕਿਉਰਿਟੀ ਵੀ ਵਧਾਈ ਗਈ ਹੈ SGPC ਟਾਸਕ ਫੋਰਸ ਵੱਲੋਂ? ਦੇਖੋ ਅਸੀਂ ਤਾਂ ਵੇਖਣ ਡਏ ਹਾਂ, ਅਸੀਂ ਤਾਂ ਬਾਹਰ ਉਹ ਸਕੈਨਿੰਗ ਵੀ ਲਾਵਾਂਗੇ, ਸਕੈਨਰ ਜਿਹੜੇ ਆ ਜਿਹਦੇ ਵਿੱਚ ਦੀ ਸਮਾਨ ਸਾਰਾ ਸਕੈਨ ਹੋ ਜਾਂਦਾ ਹੈ। ਹੁਣ ਮੈਂ ਜੇ ਸਵੇਰੇ ਦਰਬਾਰ ਸਾਹਿਬ ਗਿਆ ਸੀ ਤੇ ਸਾਡੇ ਸੇਵਾਦਾਰ ਉੱਥੇ ਵਿਚਾਰਿਆਂ ਨੂੰ ਹੱਥ ਜੋੜ ਜੋੜ ਕੇ, ਜਿਹੜੀ ਬਾਹਰੋਂ ਸੰਗਤ ਆਉਂਦੀ ਸੀ, ਕਿਸੇ ਕੋਲੇ ਉਹ ਹੈਗਾ ਬੱਤੀਆ ਜਿਹਾ, ਕਿਸੇ ਕੋਲੇ ਕੁਛ ਆ, ਕੁਛ ਸਿਗਰਟਾਂ ਬੀੜੀਆਂ ਨੇ, ਤੇ ਉਹਨਾਂ ਨੂੰ ਜੇ ਸਖਤੀ ਨਾ ਦੇ ਤਾਂ ਉਹ ਗੁੱਸਾ ਕਰਦੇ ਆ। ਔਰ ਮੈਂ ਸਮਝਦਾ ਸਾਡੇ ਸੇਵਾਦਾਰਾਂ ਦੀ ਡਿਊਟੀ ਜਿਹੜੀ ਆ ਬੜੀ ਔਖੀ ਆ, ਔਰ ਨਿਭਾ ਵੀ ਰਹੇ ਨੇ। ਮੈਂ ਉਹਨਾਂ ਨੂੰ ਸ਼ਾਬਾਸ਼ੀ ਵੀ ਦੇਣਾ ਚਾਹੁੰਦਾ। ਔਰ ਇਹ ਸਕੈਨਰ ਲਾ ਕੇ ਤੇ ਪਿੱਛੋਂ ਜਿਹੜਾ ਸਮਾਨ ਆ ਇੱਕੋ ਹੀ ਲਾਈਨ ਥਾਲੀ ਲੰਘਿਆ ਕਰੂਗਾ, ਤਾਂ ਕਿ ਪਤਾ ਲੱਗੂ ਇਹਦੇ ਵਿੱਚ ਕੀ ਆ, ਉਤਰਾ ਪਤਾ ਨਹੀਂ ਲੱਗਦਾ। ਸੋ ਇਹ ਡਿਊਟੀ ਸਗੋਂ ਸਰਕਾਰ ਦੀ ਬਣਦੀ ਸੀ ਇਹੋ ਜਿਹਾ ਕੰਮ ਕਰਨ ਦੀ, ਤੇ ਸਰਕਾਰ ਨਹੀਂ ਕਰ ਰਹੀ, ਔਰ ਕਰਨਾ ਚਾਹੀਦਾ ਸਰਕਾਰ। ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਗੇਟ ਹੈਗੇ ਹਰਿਮੰਦਰ ਸਾਹਿਬ ਦੇ, ਸਾਰੇ ਗੇਟਾਂ ਦੇ ਉੱਤੇ ਸਕੈਨਰ ਲੱਗਣਗੇ? ਲਾਉਣੇ ਚਾਹੀਦੇ ਆ, ਫਿਰ ਹੋਰ ਰਾਹ ਸਾਡੇ ਕੋਲ ਕੀ ਆ, ਹੋਰ ਚੈੱਕ ਕਿਤਰਾ ਕਰਾਂਗੇ, ਪਤਾ ਕਿਤਰਾ ਲੱਗੂ ਵੀ ਇਹਦੇ ਕੋਲ ਕੀ ਆ, ਠੀਕ ਆ ਨਾ। ਤੇ ਬਾਕੀ ਜੇ ਕੋਈ ਸਕੈਨਰ ਲਾਇਆ ਵੀ ਕੋਈ ਅੰਦਰ ਯਾਰ ਉਹਦੇ ਲਈ ਹਿਰਦਾ, ਹੁਣ ਆਪਾਂ ਗੱਲ ਕਰਨ ਡੇ, ਮੈਨੂੰ ਇਹ ਨਹੀਂ ਪਤਾ ਵੀ ਤੁਹਾਡੇ ਅੰਦਰ ਤੁਸੀਂ ਕੀ ਲਈ ਹਰਦੇ ਜਾਓ, ਸਿੰਘ ਕੀ ਲਈ ਹਰਦਾ, ਜੇ ਕਿਸੇ ਦੇ ਅੰਦਰ ਅਜੇ ਵੀ ਯਾਰ ਆ ਕੋਈ ਮਾੜੀ ਭਾਵਨਾ ਲੈ ਕੇ ਅੰਦਰ ਆਉਂਦਾ, ਇਹ ਤਾਂ ਜਿਹੋ ਜਿਹੀ ਉੱਥੇ ਮਨਸ਼ਾ ਲੈ ਕੇ ਜਾਊਗਾ ਨਾ, ਉਹੋ ਜਿਹਾ ਉੱਥੇ ਫਲ ਮਿਲਣਾ। ਜੇ ਕੋਈ ਮਾੜੀ ਮਨਸ਼ਾ ਨਾ ਆਊ ਤਾਂ ਉਹਨੂੰ ਮਾੜਾ ਹੀ ਉੱਥੇ ਫਲ ਮਿਲਣਾ, ਜੇ ਕੋਈ ਚੰਗੀ ਮਨਸ਼ਾ ਰਹੂ ਤਾਂ ਉਹਦਾ ਚੰਗਾ ਉਹਦਾ ਫਲ ਮਿਲੂਗਾ। ਸੋ ਇਹ ਤਾਂ ਗੁਰੂ ਜਾਣਦਾ ਵੀ ਕਿਸੇ ਦੇ ਮਨ ਵਿੱਚ ਕੀ ਹੈ, ਤੇ ਕਈ ਚੰਗੇ ਭਲੇ ਜਾਣਦੇ ਹੋਏ ਮਨ ਜਾਣ ਤਾਂ ਸਭ ਬਾਤ ਜਾਣਤ ਹੀ ਔਗਣ ਕਰੇ, ਕਾਹੇ ਕੀ ਕੁਛ ਲਾਤ ਹਾਥ ਦੀਪ ਕੂਹੇ ਭਰੇ, ਕਈ ਹੱਥੇ ਦੀਵਾ ਫੜਿਆ ਤੇ ਉਹ ਵੀ ਖੂਹ ਹੀ ਡਿੱਗਦੇ ਜਾਂਦੇ ਆ। ਇਹ ਤਾਂ ਗੁਰੂ ਕਿਰਪਾ ਕਰਨ, ਉਹਨਾਂ ਲੋਕਾਂ ਨੂੰ ਸਮੱਤ ਬਖਸ਼ਣ ਜਿਹੜੇ ਲੋਕ ਆਣ ਕੇ ਇਹੋ ਜਿਹੇ ਆਪਣੇ ਧਾਰਮਿਕ ਸਥਾਨਾਂ ਤੇ ਆਣ ਕੇ ਵਗਿਆ ਕਰ, ਉਹਨਾਂ ਥਾਂ ਕਿੱਥੇ ਮਿਲੂ, ਉਹਨਾਂ ਤਾਂ ਨਰਕ ਜੀ ਢੋਈ ਨਹੀਂ ਮਿਲਣੀ, ਉਹ ਤਰ੍ਹਾਂ ਨਰਕ ਆ ਉਹਨਾਂ ਨੂੰ ਨਰਕ ਚ ਵੀ ਨਹੀਂ ਮਿਲਣੀ, ਵੇਖ ਲਿਆ ਕੋਈ ਸਪੈਸ਼ਲ ਨਰਕ ਉਹਨਾਂ ਲਈ ਬਣੂਗਾ ਕੁੰਬੀ ਨਰਕ ਕਰਨੇ। ਸਿੰਘ ਵੱਲੋਂ ਸੌਦਾ ਲਗਾਇਆ ਗਿਆ ਉਸ ਬੀਬੀ ਦਾ, ਸਰਕਾਰ ਅਗਰ ਉੱਤੇ ਉਹਨਾਂ ਉੱਤੇ ਕਾਰਵਾਈ ਕਰਦੀ ਆ ਜਾਂ ਕੁਛ ਕਰਦੀ ਆ ਤੇ SGPC ਉਸਦੇ ਨਾਲ ਖੜੀ ਆ? ਬਿਲਕੁਲ ਖੜਾਂਗੇ, ਖੜਨਾ ਚਾਹੀਦਾ। ਜਿਹੜਾ ਬੇਅਦਬੀ ਕਰੂਗਾ ਤੇ ਉਹਦੇ ਨਾਲ ਜੇ ਸ਼੍ਰੋਮਣੀ ਕਮੇਟੀ ਨਾ ਖੜੂਗੀ ਤਾਂ ਕੌਣ ਖੜੂਗਾ, ਕਿਉਂਕਿ ਇਹ ਤਾਂ ਕੰਮ ਸ਼੍ਰੋਮਣੀ ਕਮੇਟੀ ਦਾ ਹੈ। ਸ਼੍ਰੋਮਣੀ ਕਮੇਟੀ ਆਪ ਰੋਕਦੀ ਸੀ, ਉਹ ਨਹੀਂ ਰੱਖ ਲੱਗੀ ਜਿਹੜਾ ਸਾਡੇ ਸੇਵਾਦਾਰ ਆ, ਉਹ ਦੂਜੇ ਸਿੰਘ ਨੇ ਜਜ਼ਬਾਤਾਂ ਜਾਣ ਕੇ ਇਹੋ ਜਿਹਾ ਕੰਮ ਕਰਤਾ, ਤੇ ਫਿਰ ਖੜਨਾ ਚਾਹੀਦਾ ਉਹਦੇ ਨਾਲ, ਹੋਰ ਕੌਣ ਖੜੂਗਾ, ਫਿਰ ਖੜਨਾ ਚਾਹੀਦਾ। ਸਿੱਖ ਧਰਮ ਨੂੰ ਕਿਉਂ ਟਾਰਗੇਟ ਕਰਦੇ ਨੇ ਹਰ ਵਾਰੀ? ਸੋ ਹੁਣ ਮੈਂ ਜੇ ਆਖਾਂ ਵੀ ਹਿੰਦੂ ਧਰਮ ਨੂੰ ਕਿਉਂ ਨਹੀਂ ਕਰਦੇ, ਇਹ ਵੀ ਗੱਲ ਨਹੀਂ ਚੰਗੀ, ਇਹ ਨਹੀਂ ਮੈਂ ਗੱਲ ਕਹਿਣੀ ਚਾਹੁੰਦਾ, ਠੀਕ ਆ ਨਾ। ਇਹ ਤਾਂ ਫਿਰ ਹੋ ਜੂ ਵੀ ਮੈਂ ਦੂਜੇ ਧਰਮ ਦੀ ਜਿਹੜੀ ਆ ਉਹ ਨਿੰਦਿਆ ਕਰਦਾ, ਠੀਕ ਆ ਨਾ। ਮੈਂ ਨਹੀਂ ਉਸ ਧਰਮ ਦੀ ਵੀ ਕੋਈ ਕਰਦਾ ਨਾ ਆਪਣੀ ਹੁਰਮਤੀ ਕਰਦਾ ਜਾਂ ਮਰਿਆਦਾ, ਤੇ ਮੈਂ ਉਹਦੇ ਵੀ ਖਿਲਾਫ, ਕਿਸੇ ਧਰਮ ਦੀ ਵੀ ਨਹੀਂ ਹੋਣੀ ਚਾਹੀਦੀ। ਹੁਣ ਮੈਂ ਕਹਾਂ ਵੀ ਉਹਨਾਂ ਦੇ ਧਰਮ ਦੀ ਕਿਉਂ ਨਹੀਂ ਕਰਦੇ, ਇਹ ਤਾਂ ਫਿਰ ਮੈਂ ਉਸ ਧਰਮ ਦੇ ਖਿਲਾਫ, ਮੈਂ ਇਹ ਗੱਲ ਨਹੀਂ ਕਹਿਣੀ ਚਾਹੁੰਦਾ, ਕਿਸੇ ਧਰਮ ਦੀ ਵੀ ਨਹੀਂ ਹੋਣੀ ਚਾਹੀਦੀ। ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਲਕਸ਼ਯ ਸੁਨਕ, ਜਗਬਾਣੀ TV, ਅੰਮ੍ਰਿਤਸਰ।